ਨਵਜੋਤ ਸਿੰਘ ਸਿੱਧੂ ਨੇ ਕੱਲ ਜਦੋਂ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਦਿੱਤਾ, ਉਹ ਵੀ ਅਹਿਮ ਹੈ। ਲੇਕਿਨ ਉਦੋਂ ਬਾਅਦ ਆ ਕੇ ਜੋ ਆਪਣੇ ਸਪੋਰਟਰਸ ਨਾਲ ਪ੍ਰੈਸ ਦੇ ਵਿੱਚ ਬੋਲ ਰਹੇ ਸੀ, ਉਹ ਉਦੋਂ ਵੀ ਜ਼ਿਆਦਾ ਅਹਿਮ ਹੈ। ਉੱਥੇ ਤਾਂ ਤਿੰਨੇ ਬੰਦੇ ਗਏ, ਮੈਂ ਤੁਹਾਨੂੰ ਕਿਹਾ ਸੀ ਅਸ਼ਵਨੀ ਸ਼ੇਖੜੀ ਤੇ ਨਕੇਸ਼ ਚੀਮਾ ਨਾਲ ਹੋਣਗੇ। ਇਹ ਤਾਂ ਦਿਆ ਹੈ, ਤੁਸੀਂ ਦੇਖ ਹੀ ਰਹੇ ਹੋ, ਮੰਗ ਪੱਤਰ ਤਾਂ ਦੇ ਤਾ। ਲੇਕਿਨ ਬਾਹਰ ਆ ਕੇ ਜਿਹੜੇ ਉਹਨਾਂ ਨੇ ਡਾਇਲਾਗ ਮਾਰੇ, ਖਾਸ ਤੌਰ ਤੇ ਭਗਵੰਤ ਮਾਨ ਦੀ ਸਰਕਾਰ ਬਾਰੇ, ਕਿ ਰਬੜ ਦਾ ਗੁੱਡਾ ਬਣ ਗਿਆ ਭਗਵੰਤ ਸਿੰਘ ਮਾਨ ਤਾਂ, ਜਿਵੇਂ ਮਰਜ਼ੀ ਇਹਨੂੰ ਚਲਾਇਆ ਜਾ ਰਿਹਾ ਹੈ। ਯਾਨੀ ਅਟੈਕ ਕੇਜਰੀਵਾਲ ਤੇ ਰੱਖਿਆ, ਔਰ ਇਹ ਵੀ ਰੱਖਿਆ ਕਿ ਤੂੰ ਅੰਗਰੇਜ਼ਾਂ ਨੂੰ ਬੁਲਾਉਣਾ ਹੈ। ਇੱਥੇ ਤਾਂ ਜਿਹੜਾ ਹੈ, ਇੱਥੋਂ ਲੋਕ ਬਾਹਰ ਜਾ ਰਹੇ ਨੇ ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਉੱਥੇ, ਕੱਲ ਕਹਿ ਰਹੇ ਸੀ 40 ਬੰਦੇ ਕਤਲ ਹੋ ਗਏ। ਇਸ ਤਰ੍ਹਾਂ ਉਹਨਾਂ ਨੇ ਅਟੈਕ ਕੀਤਾ ਪਾਵਰਕਾਮ ਨੂੰ ਲੈ ਕੇ, ਉਹਨਾਂ ਨੇ ਅਟੈਕ ਕੀਤਾ, ਕਹਿੰਦੇ 17,000 ਕਰੋੜ ਦਾ ਕਰਜ਼ਾ ਲਿਆ ਤੇ ਕਿੱਥੋਂ ਤੁਸੀਂ ਦੇ ਦੋਗੇ ਆ ਜਿਹੜਾ ਮੁਫ਼ਤ ਬਿਜਲੀ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਅਟੈਕ ਕੀਤੇ ਆ ਕਿਸਾਨਾਂ ਮਾਮਲੇ, ਕਹਿੰਦੇ ਹੁਣ ਜਦੋਂ ਮਾੜੇ ਦਿਨ ਸੀ ਉਦੋਂ, ਹੁਣ ਤਾਂ ਚੰਗੇ ਦਿਨ ਆਏ ਨੇ ਕਿ ਜਿਹੜਾ ਯੂਕਰੇਨ ਕਰਕੇ ਕਣਕ ਮਹਿੰਗੀ ਹੋਈ ਹੈ, ਇਹਨਾਂ ਨੂੰ ਕੁਛ ਦਿਓ ਤੇ ਘੱਟੋ ਘੱਟ 500 ਰੁਪਏ ਦਾ ਬੋਨਸ ਦਿਓ। ਤੋ ਇਹ ਸਾਰੀਆਂ ਗੱਲਾਂ ਉਹਨਾਂ ਨੇ, ਸਿੱਧੂ ਸਾਹਿਬ ਨੇ ਉੱਥੇ ਕੀਤੀਆਂ।